ਸਤਿ ਸ਼੍ਰੀ ਅਕਾਲ ਜੀ, ਜਸ ਟੀਵੀ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਿੰਦਰ ਕੌਰ। ਵੇਰਕਾ ਤੇ ਅਮੁੱਲ ਦੁੱਧ ਦੇ ਰੇਟਾਂ ਦੇ ਵਿੱਚ ਮੁੜ ਇਜ਼ਾਫਾ ਹੋਇਆ। ਵੇਰਕਾ ਤੇ ਅਮੁੱਲ ਦੇ ਵੱਲੋਂ 1 ਲੀਟਰ ਦੁੱਧ ਤੇ 2 ਰੁਪਏ ਦਾ ਇਜ਼ਾਫਾ ਕੀਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੀਜ਼ਨ 'ਚ ਤਾਪਮਾਨ ਵਧਣ ਅਤੇ ਅੱਤ ਦੀ ਗਰਮੀ ਦੇ ਕਾਰਨ ਦੁੱਧ ਦੀ ਪੈਦਾਵਾਰ ਦੇ ਵਿੱਚ ਕਮੀ ਆ ਰਹੀ ਹੈ, ਜਿਸ ਦੇ ਕਾਰਨ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਦੁੱਧ ਦੀਆਂ ਵਧੀਆਂ ਕੀਮਤਾਂ ਦੇ ਨਾਲ ਲੋਕਾਂ ਦੀਆਂ ਜੇਬਾਂ ਤੇ ਬੋਝ ਵਧਿਆ। ਦੁੱਧ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦੀਆਂ ਵੱਖ ਵੱਖ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਨੇ, ਜਿਸ ਕਾਰਨ ਦੁਕਾਨਦਾਰਾਂ ਤੋਂ ਲੈ ਕੇ ਆਮ ਲੋਕ ਵੀ ਇਸ ਵਧੀਆਂ ਕੀਮਤਾਂ ਤੋਂ ਪਰੇਸ਼ਾਨ ਨੇ। ਦੁੱਧ ਇੱਕ ਇੱਦਾਂ ਦੀ ਚੀਜ਼ ਹੈ ਜਿਹੜਾ ਹਰੇਕ ਬੰਦੇ ਨੇ ਡੇਲੀ ਉਹਦੀ ਨੀਡ ਹੈ, ਉਹਨੇ ਇਹਨੂੰ ਵਰਤਣਾ ਹੀ ਵਰਤਣਾ। ਮੈਂ ਤਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਕੰਪਨੀਆਂ ਨੂੰ ਗਲਤ ਕਹੂੰਗਾ ਵੀ ਜਿਹੜਾ ਹਰ ਦੂਜੇ ਮਹੀਨੇ ਹੀ ਇਹਦਾ ਰੇਟ ਚੱਕ ਦਿੰਦੇ ਆ ਬਹੁਤ ਜ਼ਿਆਦਾ, ਔਰ ਇਹਦੇ ਨਾਲ ਜਿਹੜਾ ਆਮ ਮਾੜੇ ਬੰਦੇ ਦੀ ਆਪਣੇ ਰਸੋਈ ਦੇ ਬਜਟ ਦੇ ਵਿੱਚ ਬਹੁਤ ਜ਼ਿਆਦਾ ਅਸਰ ਪੈਂਦਾ ਵਾ, ਕਿਉਂਕਿ ਉਹ ਤੁਸੀਂ ਦੋ ਨਾ ਗਿਣੋ, ਉਹਨੂੰ ਡੇਲੀ ਦੇਖੋ ਉਹਨੂੰ ਲੈਣਾ, ਔਰ ਫਿਰ ਉਹਦਾ ਮੰਥਲੀ ਜਿਹੜਾ ਉਹਦਾ ਅਮਾਊਂਟ ਜਿਹੜੀ ਆ ਉਹ ਕਾਫੀ ਬਣ ਜਾਂਦੀ ਆ। ਇਸ ਕਰਕੇ ਮੈਂ ਕੰਪਨੀਆਂ ਨੂੰ ਕਹੂੰਗਾ ਵੀ ਜਿਹੜਾ ਇਸ ਚੀਜ਼ ਦਾ ਜਿਹੜਾ ਆਮ ਗਰੀਬ ਤਬਕੇ ਲਈ ਜਿਹੜਾ ਇਹ ਡੇਲੀ ਨੀਡ ਵਾਲੀ ਚੀਜ਼ ਆ, ਇਹਦਾ ਰੇਟ ਨਹੀਂ ਵਧਣਾ ਚਾਹੀਦਾ, ਔਰ ਇਹਦਾ ਰੇਟ ਜਿਹੜਾ ਵਾ ਬਿਲਕੁਲ ਠੀਕ ਹੋਣਾ ਚਾਹੀਦਾ ਵੀ ਜਿਹੜਾ ਹਰ ਬੰਦੇ ਦੀ ਪਹੁੰਚ ਰਵੇ, ਔਰ ਉਹਨੂੰ ਆਰਾਮ ਨਾਲ ਉਹ ਬੰਦਾ ਜਿਹੜਾ ਖਰੀਦ ਲਵੇ। ਜਿਹੜਾ ਹਰ ਦੂਜੇ ਮਹੀਨੇ ਰੇਟ ਵਧਣਾ, ਇਹ ਬਹੁਤ ਹੀ ਨਿੰਦਾਯੋਗ ਆ। ਇਲੈਕਸ਼ਨ ਤੋਂ ਬਾਅਦ ਜਿੰਨੇ ਵੀ ਪ੍ਰਾਈਜ਼ ਹੈਗੇ ਆ ਕੰਪਨੀ ਨੇ 2 ਰੁਪਏ ਪਰ ਲੀਟਰ ਵਧਾਤੇ ਹੈਗੇ ਆ ਆਲਮੋਸਟ। ਇਹਦੇ ਨਾਲ ਜਿਹੜੀ ਮਹਿੰਗਾਈ ਹੈਗੀ ਆ ਉਹ ਹੋਰ ਜ਼ਿਆਦਾ ਵੱਧ ਰਹੀ ਹੈਗੀ ਹੈ, ਕਿਉਂਕਿ ਇਹ ਡੇਲੀ ਨੀਡ ਹੈਗੀ ਹੈ, ਕਿਉਂਕਿ ਜਿਹੜੇ ਵੀ ਕੰਜ਼ਿਊਮਰਸ ਹੈਗੇ ਆ ਉਹਨਾਂ ਨੇ ਆਪਣੇ ਦਿਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਹਮੇਸ਼ਾ ਹੀ ਇੱਕ ਡੇਲੀ ਨੀਡ ਤੋਂ ਸ਼ੁਰੂ ਕਰਨੀ ਹੁੰਦੀ ਹੈ, ਇਹਦਾ ਦੁੱਧ ਤੋਂ ਸ਼ੁਰੂ ਕਰਨੀ ਹੈਗੀ ਆ, ਠੀਕ ਆ, ਆਟਾ ਤੋਂ ਸ਼ੁਰੂ ਕਰਨੀ ਹੈਗੀ ਆ, ਕੰਜ਼ਿਊਮਰ ਡੂਰੇਬਲ ਜਿੱਦਾਂ ਗੁੱਡਸ ਹੈਗੀਆਂ ਵਾ, ਜਿੱਦਾਂ ਦਾਲਾਂ ਹੈਗੀਆਂ ਵਾ, ਸਬਜ਼ੀਆਂ ਹੈਗੀਆਂ, ਉਹਨਾਂ ਤੋਂ ਸ਼ੁਰੂ ਕੀਤੀ ਜਾਂਦੀ ਹੈਗੀ ਆ। ਅਤੇ ਇਸ ਕਰਕੇ ਇਹ ਜਿਹੜਾ ਡੇਲੀ ਨੀਡ ਵਾਲਾ ਪ੍ਰਾਈਸ ਹੈਗਾ ਵਾ ਇਹਨੂੰ ਘਟਾਉਣਾ ਚਾਹੀਦਾ ਸੀ ਸਰਕਾਰ ਨੂੰ, ਜਾਂ ਕੰਪਨੀਆਂ ਨੂੰ ਆਪਣੇ ਜਿਹੜੇ ਪ੍ਰਾਈਸ ਹੈਗੇ ਆ ਰਿਡਿਊਸ ਕਰਨੇ ਚਾਹੀਦੇ ਆ ਇਨਸਟੈਡ ਆਫ ਹਾਈਕ ਦਾ ਪ੍ਰਾਈਸ। ਪਹਿਲੇ ਕੀ ਭਾਅ ਮਿਲਦਾ ਸੀਗਾ ਤੇ ਹੁਣ ਕੀ ਭਾਅ ਮਿਲ ਰਿਹਾ? ਪਹਿਲਾਂ ਦੇਖੋ 30 ਰੁਪਏ ਪੈਕਟ ਮਿਲਦਾ ਸੀ, ਜਿਹੜਾ ਕਿ ਹੁਣ 2 ਰੁਪਏ ਲੀਟਰ ਦੇ ਹਿਸਾਬ ਨਾਲ ਵਧਾ ਦਿੱਤਾ ਗਿਆ ਹੈਗਾ ਵਾ, ਜਿਹੜਾ ਕਿ ਜਸਟੀਫਾਈ ਨਹੀਂ ਹੈਗਾ।